ਰੌਣਕ ਲਾ ਲਈ ਇਹਦਾ ਵਿਆਹ ਆ ਉਦੋਂ ਸਾਲੋ ਪਾਗਲ ਨੂੰ ਸੱਦ ਲਿਆ ਤੇ ਬਰਦਾਸ਼ਤ ਵੀ ਕਰ ਦਿੱਤਾ ਜਗੜੀ ਕੰਮ ਹੈ ਜਗੜੀ ਵੇਸ ਗੁਰੂ ਐਂਡ ਐਮੀ ਵਿਰਕ ਐਮੀ ਵਿਰਕ ਪਲੀਜ਼ ਕਮ ਐਂਡ ਸੁਪਰ ਸਟਾਰ ਬਾਦਸ਼ਾਹ 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 ਆਏਗਾ ਪੱਕਾ ਸਟੇਜ ਟੁੱਟ ਜਾਏਗੀ ਬਾਦਸ਼ਾਹ ਇੱਥੇ ਆਇਆ ਮਾਨ ਸਾਹਿਬ ਮਾਨ ਸਾਹਿਬ ਉਧਰ ਆ ਜਾਓ ਬਾਦਸ਼ਾਹ ਆ ਜਾ ਬਾਦਸ਼ਾਹ ਆ ਜਾ ਇੱਕ ਲਾਸਟ ਡਾਂਸ ਕਰਾਂਗੇ ਫਿਰ ਅਸੀਂ ਭੱਜਾਂਗੇ ਇੱਕ ਨੂੰ ਡਿਸਟਰਬ ਨਹੀਂ ਕਰਾਂਗੇ ਇੱਕ ਇਜ਼ ਵੈਰੀ ਅਮੈਰੀਕਨ ਇਜ਼ ਅਮੈਰੀਕਨ ਇਜ਼ ਬ੍ਰੌਂਕ ਟੂ ਅਮੈਰੀਕਨ ਗੋਟ ਅ ਬਿਊਟੀਫੁਲ ਗਰਲ ਆਲਸੋ ਯੂ ਆਰ ਮੈਰਿਡ ਜਸਟ ਸਟੇ ਅਵੇ ਫਰੋਮ ਸੋਨਮ ਬਾਜੀ ਐਂਡ ਯਾ ਸਰਗੁਨ ਆਲਸੋ ਸਰਗੁਨ ਬਹੁਤ ਅੱਛੀ ਸਟਾਰ ਹੈ ਐਂਡ ਦੇਰ ਇਜ਼ ਅ ਬਾਲੀਵੁੱਡ ਸਟਾਰ ਸਾਡੀ ਸੋਨਾਲੀ ਐਂਡ ਪੋਪੀ ਆਈ ਲਵ ਯੂ ਦੈਟ ਐਂਡ ਵੀ ਹੈਵ ਗੁਰੂ ਰੰਧਾਵਾ ਜੋ ਦਾ ਟਾਈਮ ਚੱਲ ਰਿਹਾ ਉਹ ਸਾਡਾ ਦੌਰ ਚੱਲ ਰਿਹਾ ਜੱਸੀ ਭਾਜੀ ਕਿੱਥੇ ਜੱਸੀ ਭੈਣ ਜੀ ਜੱਸੀ ਦੀ ਆਦਤ ਹਮੇਸ਼ਾ ਚੁਗਲੀਆਂ ਕਰਦਾ ਲਾਈਕ ਗਰਲ ਜੱਸੀ ਯੂ ਕੈਨ ਕਮ ਡੋਨਟ ਵਰੀ ਆਈ ਨੋ ਯੂ ਆਰ ਨੋਟ ਇਨਵਾਈਟਡ ਬਟ ਵੀ ਲਵ ਯੂ ਐਂਡ ਸਾਡਾ ਹੈ ਚਟਾਮਿੰਗ ਇੱਕੀ ਤੂੰ ਸਾਡਾ ਰੌਕ ਸਟਾਰ ਭਰਾਵਾ ਜੇ ਤੂੰ ਨਹੀਂ ਆਏਗਾ ਕਿਵੇਂ ਗੱਲ ਬਣੇਗੀ Everybody make some noise the handsome man the ikki in the house ikki man ikki soch raha hai ki ho raha hai mera hi vyah ho raha hai kisi hor da ho raha hai ikki vyah ch ehi hunda hai ikki la vyah kattu so ikki sade vallo tenu lakh lakh vadhaiyan rabb tenu din dogni raat chogni tarakki kare tarakki deve hunde ho ke main gal te aavan main ਮੇਨ ਗੱਲ ਤੇ ਆਵਾਂ ਤੇ ਮੈਂ ਸਿਮਰਨ ਨੂੰ ਬਹੁਤ ਬਹੁਤ ਵਧਾਈ ਦਿੰਦਾ ਮੇਰੀ ਬੜੀ ਬੜੀ ਪੁਰਾਣੀ ਫਰੈਂਡ ਹੈ ਔਰ ਇੱਕੀ ਵਿਆ ਵਿਦ ਯੂ ਬ੍ਰੋ ਕਰ ਲੈ ਕੋਈ ਗੱਲ ਨਹੀਂ ਪਾਪਾ ਨੇ ਵੀ ਕੀਤਾ ਹੀ ਸੀਗਾ ਕੋਈ ਨਾ ਕੋਈ ਜਿੱਦਾਂ ਜੱਸੀ ਭਾਜੀ ਨੇ ਸਾਡੇ ਕਿੱਥੇ ਨੇ ਹੀ ਇਜ਼ ਅ ਵੈਰੀ ਫੇਮਸ ਅਨਇਨਵਾਈਟਿਡ ਗੈਸਟ ਨਹੀਂ ਕਿਸੇ ਨੂੰ ਪਤਾ ਲੱਗਿਆ ਕਿ ਮੈਨੂੰ ਨਹੀਂ ਬੁਲਾਇਆ ਕਿਸੇ ਨੂੰ ਨਹੀਂ ਪਤਾ ਬਿਕੋਜ਼ ਜਿਹੜੇ ਬਾਹਰ ਸਿਕਿਉਰਟੀ ਵਾਲੇ ਖੜੇ ਉਹਨਾਂ ਨੂੰ ਥੋੜੀ ਪਤਾ ਕਿ ਮਾਨ ਸਾਹਿਬ ਨੇ ਬੁਲਾਇਆ ਕਿ ਨਹੀਂ ਬੁਲਾਇਆ ਬਟ ਹੀ ਇਜ਼ ਇਨਵਾਈਟਿਡ ਓਕੇ ਸੋ ਕਈ ਬੰਦੇ ਤੇ ਮੈਨੂੰ ਇਦਾਂ ਦੇ ਮਿਲੇ ਨੇ ਕਈ ਬੰਦੇ ਇਦਾਂ ਦੇ ਮਿਲੇ ਜਿਹੜੇ ਕਹਿੰਦੇ ਮੈਂ ਇੱਕੀ ਦਾ ਮਾਮਾ ਵਾਂ ਤੇ ਮੈਂ ਫਿਰ ਮਿਸਿਸ ਮਾਨ ਨਾਲ ਮੂੰਹ ਮਿਲਾ ਕੇ ਵੇਖਿਆ ਕਿ ਮਿਲਦਾ ਕਿ ਨਹੀਂ ਮਿਲਦਾ ਬਿਲਕੁਲ ਨਹੀਂ ਸੀ ਮਿਲਦਾ ਕਈਆਂ ਦਾ ਮੂੰਹ ਤੇ ਸੁਦੇਸ਼ ਰੈਲ ਮਿਲ ਰਿਹਾ ਸੀਗਾ ਬਟ ਐਨੀਵੇਜ਼ ਜਿੰਨੇ ਵੀ ਲੋਕ ਆਏ ਨੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕ ਨੱਚਦੇ ਆਪਾਂ ਗਾਉਂਦੇ ਹਾਂ ਤੇ ਕੁਛ ਮੇਰੇ ਵੀਰ ਤੇ ਮਹਿੰਗੀ ਜੀ ਸ਼ੋਲ ਲੈ ਕੇ ਐਵੇਂ ਚੌਧਰੀ ਬਣੇ ਫਿਰਦੇ ਇੱਕੀ ਦੇ ਭਰਾ ਬਣੇ ਫਿਰਦੇ ਜਿਨ੍ਹਾਂ ਚੋਂ ਹੀ ਇਜ਼ ਵਨ ਆਫ ਦੈਮ ਕਮ ਬ੍ਰੋ ਇਹਨੇ 20,000 ਦੀ ਸ਼ੋਲ ਲਈ 에ਅਰਪੋਰਟ ਤੋਂ ਤੇ 40,000 ਦੀ ਸ਼ਰਾਬ ਪੀ ਗਿਆ ਡਾਇਰੈਕਟਰ ਹੈ ਡਾਇਰੈਕਟਰ ਹੈ ਡਾਇਰੈਕਟਰ ਹੈ ਕਿਹੜੀ ਫਿਲਮ ਦਾ ਭਾਈ ਤੂੰ ਡਾਇਰੈਕਟਰ ਹੋ ਨਾ ਨਿਭਜ ਗਿਆ ਕੀ ਬਾਤ ਇੱਕ ਪਰ ਯਾਰ ਦੇਖੋ ਜੋ ਵੀ 21 ਦੇ ਫਰੈਂਡ ਹੈ ਸਾਡੇ ਫਰੈਂਡ ਨੇ ਭਾਵੇਂ ਉਹ ਡਾਇਰੈਕਟਰ ਹੈ ਭਾਵੇਂ ਉਹ ਫੇਮਸ ਨਹੀਂ ਹੈ ਪਰ ਦੇ ਆਰ ਆਰ ਫਰੈਂਡਸ ਵੀ ਰਿਸਪੈਕਟ ਐਵਰੀਬਾਡੀ ਗੋਡ ਬਲੈਸ ਯੂ ਰੱਬ ਤੁਹਾਨੂੰ ਚੱਕੇ ਹਾਂਜੀ ਮਾਨ ਸਾਹਿਬ ਦਾ ਬਣ ਜਾ ਇਸ ਕਰਕੇ ਇਹਨੂੰ ਛੱਡ ਦਿੰਦੇ ਅੱਜ ਅਦਰਵਾਈਜ਼ ਕੋਈ ਬੰਦਾ ਬੱਚਾ ਆਇਆ ਹਲੀ ਇਹ ਬੰਦੇ ਉਹ ਹੁੰਦੇ ਜਿਨ੍ਹਾਂ ਨੇ 2200 ਦਾ ਸ਼ੋਲ ਲਿਆ ਟੈਗ ਲਾਇਆ 45,000 ਦਾ ਬਟ ਐਨੀਵੇਜ਼ ਮੈਂ ਹੁਣ ਡਿਸਟਰਬ ਨਹੀਂ ਕਰੂੰਗਾ ਕਿਸੇ ਨੂੰ ਵੀ ਗੁਰੂ ਭਾਜੀ ਤੁਸੀਂ ਜ਼ਰੂਰ ਬੋਲਤਾ ਟਾਈਮ ਚੱਲ ਰਿਹਾ ਸਾਡਾ ਦੌਰ ਚੱਲਦਾ ਅੱਛਾ ਮੈਂ ਭਾਜੀ ਨੂੰ ਹਮੇਸ਼ਾ ਕਹਿੰਦਾ ਵੀ ਭਾਜੀ ਤੁਹਾਡਾ ਦੌਰ ਚੱਲਦਾ ਨਾ ਨਹੀਂ ਨਹੀਂ ਮੈਂ ਤਾਂ ਤੁਸੀਂ ਮੇਰੀ ਗੱਲ ਕੀਤੀ ਨਾ ਮੈਂ ਕਹਿੰਦਾ ਨਾ ਭਾਜੀ ਦਾ ਦੌਰ ਚੱਲਦਾ ਤਾਂ ਹੀ ਸਾਡਾ ਟਾਈਮ ਚੱਲਦਾ ਜਿੰਨਾ ਚਿਰ ਤੁਹਾਡਾ ਦੌਰ ਚੱਲਦਾ ਰਹੇਗਾ ਸਾਡਾ ਟਾਈਮ ਚੱਲਦਾ ਰਹੇਗਾ ਮੈਂ ਚਾਹੁੰਦਾ ਤੁਹਾਡਾ ਦੌਰ ਅਗਲੇ 1000-2000 ਸਾਲ ਚੱਲੇ ਆਪਾਂ 1900 ਸਾਲਾਂ ਤੱਕ ਚੱਲ ਜਾਈਏ ਕਹਿੰਦੇ ਮੈਂ ਕਹਿੰਦਾ ਰੱਬ ਤੈਨੂੰ ਇੰਨੀ ਉਮਰ ਦੇਵੇ ਸਾਰੀ ਦੁਨੀਆ ਮਰ ਜਾਏ ਤੂੰ ਇਕੱਲਾ ਹੀ ਘੁੰਮਦਾ ਰਵੇਂ ਸੋ ਹਾਂ ਇਕੱਲਾ ਇਹ ਵੀ ਬਹੁਤ ਤਕੜੀ ਬਲੈਸਿੰਗ ਅੱਜ ਮੈਨੂੰ ਮਿਲ ਗਈ ਆ ਜੇ ਇਹ ਸਾਬਤ ਹੋ ਗਈ ਤੇ ਮਤਲਬ ਆਪਾਂ ਹੋਰ ਦੁਨੀਆ ਬੁਲਾ ਸਕਦੇ ਨਵੀਂ ਧਰਤੀ ਦੇ ਉੱਪਰ ਸੋ ਥੈਂਕ ਯੂ ਸੋ ਮਚ ਸਰ ਗੁਰਦਾਸ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਸਾਨੂੰ ਇਨਵਾਈਟ ਕਰਨ ਵਾਸਤੇ ਸਾਰਿਆਂ ਨੂੰ ਇੱਕ ਤੇ ਇੱਕੀ ਭੈਣ ਨੂੰ ਬਹੁਤ ਬਹੁਤ ਵਧਾਈਆਂ ਸਾਰੀ ਫੈਮਿਲੀ ਨੂੰ ਬਹੁਤ ਬਹੁਤ ਵਧਾਈਆਂ ਦੋ ਲਾਈਨਾਂ ਇੱਕ ਦੋ ਅੱਛਾ ਚਲੋ ਮੈਂ ਬਿਲਕੁਲ ਉਹ ਲੱਗਦੀ ਲਾਹੌਰ ਦੀਆ ਜਿਸ ਹਿਸਾਬ ਨਾਲ ਹੱਸਦੀ ਆ ਉਹ ਲੱਗਦੀ ਪੰਜਾਬ ਦੀਆ ਜਿਸ ਹਿਸਾਬ ਨਾਲ ਤੱਕਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਉਹ ਲੱਗਦੀ ਲਾਹੌਰ ਦੀ ਆ ਜਿਸ ਹਿਸਾਬ ਨਾਲ ਹੱਸਦੀ ਆ ਦਿੱਲੀ ਦਾ ਨਖਰਾਇਆ ਸਟਾਈਲ ਉਹਦਾ ਵੱਖਰਾਇਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਉਹ ਲੱਗਦੀ ਲਾਹੌਰ ਦੀ ਆ ਤੇ ਮੈਨੂੰ ਮੀਕਾ ਭਾਜੀ ਦੀ ਫਰੈਂਡ ਜੀ ਲੱਗਦੀ ਆ ਓਕੇ ਸਾਡਾ ਜੱਗੀ ਡੀ ਭਾਜੀ ਜੱਗੀ ਭਾਜੀ ਸੋਰੀ ਮੈਂ ਇੱਕੀ ਤੈਨੂੰ ਬਹੁਤ ਬੋਰ ਕਰ ਰਿਹਾ
ਪਰ ਇਹ ਬਹੁਤ ਜ਼ਰੂਰੀ ਹੈ। ਇਹ ਹੁਣ ਤੋਂ ਦਾ ਵਿਆਹ ਹੋ ਰਿਹਾ, ਤੁਹਾਨੂੰ ਸਾਨੂੰ ਬੁਲਾਇਆ, ਤੁਹਾਨੂੰ ਭੁਗਤਣਾ ਪਏਗਾ। ਮੈਂ ਥੋੜ੍ਹੀ ਗੱਲ ਕਰਾਂਗਾ, ਸਾਰੇ ਬਹੁਤ ਹੈਗੇ ਗੱਲਾਂ ਕਰਨ ਵਾਲੇ। ਬ੍ਰੋ ਯੂ ਕੈਨ ਟਾਕ ਇਨ ਇੰਗਲਿਸ਼, ਡੋਨਟ ਵਰੀ, ਮੈਨੂੰ ਪੰਜਾਬੀ ਵੀ ਆਉਂਦੀ ਹੈ ਭਾਜੀ। ਬਟ ਐਨੀਵੇ, ਨਾ ਨਾ, ਵਾਂਸ ਅਗੇਨ ਆਪਾਂ ਬਹੁਤ ਵਾਰੀ ਵਧਾਈਆਂ ਦਿੱਤੀਆਂ। ਪਰ ਤੁਸੀਂ ਇੰਗਲਿਸ਼ ਬੋਲੋ ਪਲੀਜ਼। ਓਕੇ, ਆਈ ਵਾਂਟ ਟੂ ਲਰਨ, ਆਈ ਵਾਂਟ ਟੂ ਲਿਸਨ ਟੂ ਯੂ ਇੰਗਲਿਸ਼ ਬ੍ਰੋ। ਸੋ ਆਈ ਲਾਈਕ ਟੂ ਕੰਗ੍ਰੈਚੁਲੇਟ ਦ ਮਾਨ ਪਰਿਵਾਰ, ਖਾਸ ਕਰਕੇ ਇੱਕੀ ਨੂੰ ਤੇ ਸਿਮਰਨ ਨੂੰ ਬਹੁਤ ਬਹੁਤ ਵਧਾਈਆਂ। ਮੈਨੂੰ ਸਹੀ, ਹੁਣ ਮੈਨੂੰ ਇੰਡੀਆ ਆ ਕੇ ਪੰਜਾਬੀ ਚੱਲਦੀ ਹੈ ਮੇਰੀ। ਰੀਅਲੀ ਬ੍ਰੋ? Speak in English, bro? I can't speak in English, actually. Oh, how much? I can speak loads of English. Same. But if I start speaking English like this, then you're not going to understand me. Same to you. All right, thank you very much. Such a beautiful artist. Such a control, buddy. And the big artist, which is our number one rapper. The Basha in the house, the real Basha. I just want to congratulate to Gurikk Bhaji and Sim. Bhaji, you rap Punjabi, you speak English. Bhaji, rap. Jagdeep, I speak English, you speak Punjabi. Bhaji, yaar, yaar, laga nahi hua. Yaar, handle. No, but bahut bahut mubarak ho. Maine kal aapko stage pe dekha aur mujhe lagta hai bhai, jo log Gurikk ko jante hain, they know he's a very strong individual. I know, bahut strong hai. And I think, Paji, you got the right woman. She's a very strong woman. And I think Simran jaisi ek ladki, you know. Basha, you are also very strong, man. No, thank you. From everywhere. But I just, Paji. I'm not Karan Johar, don't worry. Do lena, Basha, we love you. No, Paji. And you are the rock star. No, sir. Mere hisse ki gayaki Kapil Paji karenge. No. Bilkul theek kaha inhone. ਮੈਂ ਪਰ ਮੈਂ ਗਾਵਾਂ ਕੀ, ਮੈਨੂੰ ਇਹ ਦੱਸੋ, ਇਹਦੇ ਵਿਆਹ ਦਾ ਮਾਹੌਲ ਹੈ। ਉਹ ਕਪਿਲ ਭਾਈ ਨੇ ਜਦੋਂ ਵੀ ਸੱਦਣਾ ਨਾ, ਤੁਸੀਂ ਇਹਨੂੰ ਗਾਣ ਲਈ ਗਏ ਹੋ, ਇਹ ਇਹਨੂੰ ਇੰਨਾ ਸ਼ੌਂਕ ਹੈ ਗਾਣ ਦਾ ਔਰ ਬਹੁਤ ਗਾਉਂਦਾ, ਔਰ ਮੈਂ ਚਾਹੁੰਦਾ ਨਹੀਂ ਕਿ ਤੂੰ ਅੱਗੇ ਫਿਊਚਰ 'ਚ ਗਾਵੇਂ, ਕਿਉਂਕਿ ਸਾਡਾ ਤੂੰ ਸਾਡੇ ਪੇਟ 'ਤੇ ਲੱਟ ਮਾਰ ਰਿਹਾ, ਤੂੰ ਬਹੁਤ ਸੁਰੀਲਾ ਗਾਉਂਦਾ, ਇਸ ਗੱਲ ਤੋਂ ਸਾਨੂੰ ਟੈਨਸ਼ਨ ਹੁੰਦੀ। ਥੈਂਕਸ ਫੋਰ ਬੀਇੰਗ ਰੀਅਲ ਬ੍ਰੋ। ਇੱਕ ਲਾਈਨ ਗਾ ਦੇ ਕਪਿਲ, ਇਹਨੇ ਸਿੰਗਰ ਕਿਤੇ ਨਹੀਂ ਗਾਵਾਂ ਭਾਜੀ, ਜੋ ਤੇਰਾ ਦਿਲ ਕਰਦਾ, ਬਿਕੋਜ਼ ਇੱਕੀ ਭਾਈ ਦਾ ਅੱਜ 10 ਪੈਗ ਲੱਗ ਗਏ, ਮੈਂ ਦੇਖ ਲਿਆ। Yeah, it's okay, but Sunil Grover kithe hai? Sunil Grover? Sunil Grover, where's Sunil Grover? Actually, ek saal to nazar nahi aa raha Sunil Grover kithe hai? Sunil paaji kithe hai? Sunil paaji? Chale gaye. Chale gaye? Chale gaye. Koi gall nahi, apan jaldi ek saal leke aaunga Kapil Sharma de show ch, main leke aaunga Kapil ki naam da bande da. Haan, eh leke aunge, main inhanu vadan nahi dena. Bhai, main te leke aaunga, tusi rok liyo. I'm just kidding, bhai. Ek saal ch main ohnu tade show ch leke aaunga, MK da vaada hai. Love you, paaji. Eh, tusi rok ke dekhiyo. I love you, paaji. ਅਬਾਸ਼ਾ ਤੂੰ ਵੀ ਰੋਕ ਲਈ। ਅੱਛਾ ਹੁਣ ਕੀ ਕਰੀਏ ਫਿਰ ਗਾਣਾ? ਇੱਕ ਲਾਈਨ ਲਾਈਨ। ਓਕੇ, ਸੋ ਇੱਕ ਵਾਰ ਭਾਈ ਭਾਈ ਤੁਸੀਂ ਤੁਸੀਂ ਗਾ ਲਿਓ ਪਹਿਲਾਂ, ਮਾਨਵ ਸਾਹਿਬ ਸਾਡੇ ਇੱਕ ਮਾਨਵ ਨੂੰ ਬੋਲ, ਬਹੁਤ ਮੇਰਾ ਬੜਾ ਫੇਵਰਟ ਬੰਦਾ ਹੈ, ਮੈਂ ਇਹਨੂੰ ਦੇਖਿਆ ਤੁੰਚ ਜੋ ਇਹ ਮਤਲਬ ਰੋਮਾਂਸ ਕਰਦਾ ਕੁੜੀ ਨਾਲ, ਉਹ ਛਾ ਗਿਆ ਯਾਰ ਤੂੰ, ਵਿਆਹ ਹੋਇਆ ਬੰਦਾ ਤੈਨੂੰ ਸ਼ਰਮ ਨਹੀਂ ਆਉਂਦੀ? ਬਹੁਤ ਆਉਂਦੀ ਹੈ। ਚਲ ਫਿਰ ਬੋਲ ਫਿਰ ਕੁਛ। ਇੱਕੀ ਲਈ ਕਿੱਡੀ ਤੁਸੀਂ ਫੁੱਲ ਸਲੀਵ ਦਾੜੀ ਰੱਖੀ ਪਤਾ ਤੁਹਾਨੂੰ, ਇਹ ਬਹੁਤ ਘੱਟ ਦੇਖਣ ਨੂੰ ਮਿਲੇਗੀ ਤੁਹਾਨੂੰ ਪੰਜਾਬ ਚ, ਬਟ ਮੇਰੇ ਵੀਰ ਨੇ ਰੱਖੀ। ਐਨੀਵੇਸ ਭਾਜੀ, ਓਵਰ ਟੂ ਯੂ। ਕਿ ਮੇਰੀ ਹਰ ਦੁਆ ਇਸ ਬੰਦੇ ਨਾਲ, ਆਈ ਲਵ ਹਿਮ ਐਂਡ ਆਈ ਵਿਲ ਲਵ ਹਿਮ ਫੋਰਐਵਰ। ਥੈਂਕ ਯੂ ਸੋ ਮਚ। ਇੱਕੀ ਭਾਈ ਦੇ ਲਈ ਸਾਰੇ ਸਾਰਿਆਂ ਨੇ ਬੜਾ ਕੁਝ ਬੋਲਿਆ, ਇੱਕ ਲਾਈਨ ਮੈਂ ਤੁਹਾਡੀ ਬੋਲਣਾ ਚਾਹੂੰਗਾ। ਇੱਕ ਲਾਈਨ ਇੱਕੀ ਬੋਲੇਗਾ, ਇੱਕੀ ਨੂੰ ਤੁਸੀਂ ਕਦੇ ਵੀ ਨਹੀਂ ਬੋਲਦੇ ਵੇਖਿਆ ਹੋਗਾ, ਬਿਕੋਜ਼ ਇੱਕੀ ਬਹੁਤ ਘੱਟ ਬੋਲਦਾ, ਘੱਟ ਬੋਲਦਾ। ਔਰ ਅੱਜ ਕਿੱਡੀ ਵੱਡੀ ਦਾਤ ਰੱਬ ਦੀ ਵੀ, ਇੱਕੀ ਦਾ ਵਿਆਹ 31 ਨੂੰ ਹੋ ਰਿਹਾ, ਇੱਧਰ ਆਓ ਭਾਈ, ਤੁਹਾਨੂੰ ਤਾਂ ਰੱਬ ਨੇ, ਤੁਹਾਨੂੰ ਰੱਬ ਨੇ ਵੈਸੇ 10 ਵੱਧ ਦਿੱਤੇ ਨੇ, ਤੁਸੀਂ ਕੀ ਕਹਿਣਾ ਚਾਹੋਗੇ ਜਿੰਨੇ ਵੀ ਲੋਕੀ ਤੁਹਾਡੇ ਆਏ ਨੇ? ਪਹਿਲੀ ਗੱਲ ਤੇ ਹੈ ਕਿ ਜੇ ਤੁਹਾਨੂੰ ਕੋਈ ਲਾਈਨ ਨਹੀਂ ਮਿਲ ਰਹੀ ਬੋਲਣ ਨੂੰ, ਪਹਿਲੀ ਗੱਲ ਤੇ ਬੰਦੇ ਪਛਾਣੋ ਵੀ ਕਿਹੜੇ ਕਿਹੜੇ ਬੁਲਾਏ ਸੀਗੇ, ਕਿਹੜੇ ਕਿਹੜੇ ਬਿਨਾਂ ਬੁਲਾਏ ਆਏ ਨੇ। ਓਵਰ ਟੂ ਯੂ ਭਾਈ। ਵੈਸੇ ਅਸੀਂ ਸਾਰੇ ਬਿਨਾਂ ਬੁਲਾਏ ਆਏ, ਸੱਚੀ ਦੱਸੀਏ। ਮੇਰੇ ਲਈ ਬਹੁਤ ਖੁਸ਼ਨਸੀਬੀ ਦੀ ਗੱਲ ਹੈ ਕਿ ਮੈਂ ਇਸ ਵਕਤ ਆਪਣੇ ਫਾਦਰ ਸਾਹਿਬ, ਮੈਨੂੰ ਪਤਾ ਹੈ ਸਾਰਾ ਜਿਹੜਾ ਪਿਆਰ ਤੁਸੀਂ ਸਭ ਦੇ ਰਹੇ ਹੋ ਮੈਨੂੰ ਇੱਥੇ, ਜਿਹੜੀ ਸਭ ਇੱਥੇ ਆਏ ਸਟੇਜ 'ਤੇ ਮੇਰੇ ਲਈ, ਉਹ ਐਕਚੁਲੀ ਸਾਰਾ ਇਟਸ ਬਿਕੋਜ਼ ਆਫ ਹਿਮ। ਮੈਂ ਆਪ 'ਚ ਕੁਛ ਵੀ ਨਹੀਂ, ਮੈਂ ਤਾਂ ਚਲੋ ਜੰਮ ਪਿਆ ਤੇ ਮੇਰੇ ਤਾਂ ਭਾਗ, ਆਮ ਇਸ ਸਨ ਐਂਡ ਯੂ ਗੈਜ਼ ਆਰ ਹੇਅਰ ਐਂਡ ਐਵਰੀਬਡੀ ਹੇਅਰ, ਜਿਨ੍ਹਾਂ ਨੇ ਜੋ ਪਕਵਾਨ ਵੀ ਹੈ ਪਿੱਛੇ, ਜੋ ਸਰਵ ਵੀ ਕਰ ਰਹੇ ਹੈ, ਜਿਹੜੇ ਉੱਪਰ ਵੀ ਹੈ, ਜਿਹਨਾਂ ਲਾਈਟਾਂ ਲਾਈਆਂ, ਸਾਰਿਆਂ ਨੂੰ ਮੇਰੇ ਵੱਲੋਂ, ਤੁਹਾਡੇ ਬਿਨਾਂ ਇਹ ਕੁਛ ਵੀ ਨਹੀਂ ਸੀ ਹੋਣਾ, ਨਾ ਇਹਨਾਂ ਨੇ ਮੰਚ 'ਤੇ ਹੋਣਾ ਸੀ, ਨਾ ਤੁਸੀਂ ਇੱਥੇ ਆਉਣਾ ਸੀ।
ਨਾ ਇਹ ਮਾਹੌਲ ਬਣਨਾ ਸੀ ਚਲੋ ਵਿਆਹ ਤਾਂ ਮੈਂ ਕੋਰਟ ਜਾ ਕੇ ਕਰ ਹੀ ਲੈਂਦਾ ਇਹ ਚੀਜ਼ ਨਹੀਂ ਸੀ ਹੋਣੀ ਪਹਿਲਾਂ ਮੈਂ ਸੋਚਿਆ ਹੀ ਸੀ ਵੀ ਕੋਰਟ ਜਾ ਕੇ ਮੈਂ ਦਸਤਖਤ ਕਰਕੇ ਕੰਮ ਖਤਮ ਹੋ ਜਾਣਾ ਪਰ ਆਹ ਚੀਜ਼ ਮੇਰੀ ਮਿਸ ਹੋ ਜਾਣੀ ਸੀ ਇਹ ਨਹੀਂ ਪਾਜੀ ਜੀ ਪਾਜੀ ਮੈਮਰੀ ਮੇਰੀ ਕ੍ਰੀਏਟ ਕੀਤੀ ਹਾਂਜੀ ਕਦੇ ਵੀ ਕਿਸੇ ਬੰਦੇ ਨੇ ਇਹ ਗੱਲ ਕਹੀ ਨਹੀਂ ਹੋਣੀ ਔਰ ਮੈਂ ਕਿਉਂਕਿ ਮੈਂ 10 ਪੈਗ ਲੱਗ ਗਿਆ ਉਹ ਇੱਕ ਆਈ ਹੇਟ ਦਿਸ ਮੈਨ ਦਿਸ ਕਪਿਲ ਸ਼ਰਮਾ ਇਹਨੇ ਮੈਨੂੰ ਪਤਾ ਨਹੀਂ ਕੀ ਬੁਲਾਦਾ ਪਰ ਮੈਂ ਸੱਚ ਬੋਲਣਾ ਚਾਹੂੰਗਾ ਅਗਰ ਅੱਜ ਮਾਨ ਸਾਹਿਬ ਜੋ ਕੁਛ ਵੀ ਨੇ ਉਹ ਤੇਰੀ ਔਰ ਮਨਜੀਤ ਬਾਬੀ ਜੀ ਦੀ ਵਜ੍ਹਾ ਅਗਰ ਪੁੱਤਰ ਅੱਛਾ ਹੋਵੇ ਨਾ ਤੇ ਪਿਓ ਬਹੁਤ ਲੰਬਾ ਜਿੰਦਾ ਤੇਰੀ ਪੂਰੀ ਹਿਸਟਰੀ ਦੇ ਅੰਦਰ ਤੂੰ ਕੋਈ ਗਲਤ ਕੰਮ ਨਹੀਂ ਕੀਤਾ ਤੂੰ ਚੰਗੇ ਕੰਮ ਕੀਤੇ ਹੈ ਤੂੰ ਆਪਣੇ ਪਿਓ ਨੂੰ ਅੱਗੇ ਲੈ ਕੇ ਗਿਆ ਦਾ ਆਲ ਕ੍ਰੈਡਿਟ ਗੋਸ ਟੂ ਯੂ ਅਗਰ ਮੁੰਡਾ ਹੀ ਨਲਾਇਕ ਨਿਕਲੇ ਤੇ ਪਿਓ ਕਦੇ ਵੀ ਏਦਾਂ ਲੰਬਾ ਨਹੀਂ ਚੱਲਦਾ ਸੋ ਆਈ ਸਲੂਟ ਯੂ ਬ੍ਰਦਰ ਕਿ ਤੂੰ ਹਮੇਸ਼ਾ ਆਪਣੇ ਪਿਓ ਦੀ ਰਿਸਪੈਕਟ ਕੀਤੀ ਹੈ ਐਂਡ ਲਵ ਯੂ ਫॉर दैट ਵਨ ਥਿੰਗ ਆਈ ਵਾਂਟ ਟੂ ਸੇ ਐਂਡ ਐਂਡ ਆਈ ਹੈਡ ਕਿੰਨੇ ਡਰਿੰਕ ਪਾਜੀ ਆਈ ਡੋਨਟ ਨੋ ਬ੍ਰੋ ਆਈ ਹੇਟ ਯੂ ਯਾ ਯੂ ਬ੍ਰਦਰ ਟੂ ਆਲ ਆਫ ਯੂ ਥੈਂਕ ਯੂ ਬਾਜੀ ਲਵ ਯੂ ਐਂਡ ਲਾਸਟ ਡਾਂਸ ਪਲੇ ਦਾ 뮤직 ਨਾ ਇਨਾ ਕੀਮਤੀ ਟਾਈਮ ਕੱਢ ਕੇ ਤੁਸੀਂ ਮੇਰੇ ਲਈ ਆਏ ਮੇਰੇ ਲਈ ਬਹੁਤ ਵੱਡੀ ਗੱਲ ਕਿਸੇ ਦਾ ਕੀਮਤੀ ਟਾਈਮ ਨਹੀਂ ਸਾਰੇ ਫ੍ਰੀ ਸੀਗੇ ਅਸੀਂ ਸਾਰੇ ਵੇਟ ਕਰ ਰਹੇ ਸੀ ਕਿ ਆਲ ਆ ਵੇਟਿੰਗ ਫॉर ਬ੍ਰੋ ਓਕੇ ਦੋ ਸੁਪਰ ਸਟਾਰ ਨੇ ਇੱਥੇ ਗੁਰੂ ਰੰਧਾਵਾ ਤੇ ਬਾਸ਼ਾ ਇਹਦੇ ਦੋਨਾਂ ਦੇ ਗਾਣੇ ਚਲਾ ਦੋ ਸਾਡੇ ਦੇ ਗਾਣੇ ਤੇ ਸਾਰੀ ਉਮਰ ਚੱਲਣਗੇ ਆ ਸਭ ਤੁਸੀਂ ਦੋ ਲੋਕੇ ਪਲੀਜ਼ ਇੱਕ ਨੇ ਬਹੁਤ ਕੁਝ ਬੋਲਦਾ ਤਾਂ ਮੈਂ ਫਿਰ ਵੀ ਮੇਰੀ ਕੁੜੀ ਤੇਰੀ ਕੁੜੀ ਮਾਨ ਸਾਹਿਬ ਮੇਰੇ ਪਿੰਡ ਹਲੇ ਤੱਕ ਲੋਕੀ ਕਹਿੰਦੇ ਆ ਕਿ ਯਾਰ ਕੁੜੀ ਦੇ ਕੁੜੀ ਦਾ ਭਰਾ ਬਹੁਤ ਰੋਇਆ ਸੀ ਕੁੜੀ ਇੱਕ ਵਾਰੀ ਤਾਂ ਗਾਓ ਨਾ ਉਹ ਮੇਰੀ ਛੋੜੀ ਬੋਲੀਆਂ ਦਾ ਨਹੀਂ ਵਾਹ ਮੇਰਾ ਸ਼ੁਕਰ ਕਰੋ ਮੈਂ ਇੰਜੋਏ ਕਰ ਲੱਗੇ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਹਜ਼ੂਰ ਮੈਂ ਇਸ ਵਕਤ ਇਸ ਖੂਬਸੂਰਤ ਸਮੇਂ ਦਾ ਉਸ ਮਾਲਕ ਦੀ ਬਖਸ਼ੀ ਹੋਈ ਇਸ ਦਾਤ ਦਾ ਔਰ ਜਿਹੜਾ ਅਫਸਰ ਇਹ ਸ਼ੁਭ ਦਿਹਾੜਾ ਕੱਲ ਤੋਂ ਫਿਰ ਸ਼ੁਰੂ ਹੋ ਰਿਹਾ ਕਿ ਜਿਹੜਾ ਆਨੰਦ ਕਾਰਜ ਦੇ ਵਿੱਚ ਸੰਪੂਰਨ ਹੋਣ ਜਾ ਜਿਹੜੀ ਜੋੜੀ ਹੈ ਉਸ ਦੇ ਵਿੱਚ ਵਿਆਹ ਦੇ ਵਿੱਚ ਬੰਧਨ ਜਾ ਰਹੀ ਹੈ ਸੋ ਤੁਸੀਂ ਉਸ ਲਈ ਸ਼ੁਭਕਾਮਨਾਵਾਂ ਲੈ ਕੇ ਮੁਬਾਰਕਾਂ ਲੈ ਕੇ ਦੁਆਵਾਂ ਲੈ ਕੇ ਜੋ ਤਸ਼ਰੀਫ ਫਰਮਾ ਹੋਏ ਮੈਂ ਤੁਹਾਡੀ ਲੰਮੀ ਉਮਰ ਦੀ ਸੋਹਣੀ ਸਿਹਤ ਦੀ ਤੰਦਰੁਸਤੀ ਦੀ ਮਨਦਰੁਸਤੀ ਦੀ ਖੂਬਸੂਰਤੀ ਦੀ ਦੁਆ ਕਰੂੰਗਾ ਕਿ ਰੱਬ ਤੁਹਾਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ ਸ਼ਾਦ ਔਰ ਆਬਾਦ ਰੱਖੇ ਖੁਸ਼ਬਾਸ਼ ਰੱਖੇ ਔਰ ਜਿੱਥੇ ਵੀ ਤੁਸੀਂ ਜਾਓ ਮਹਿਫਲਾਂ ਜੰਮਦੀਆਂ ਰਹਿਣ ਹੋ ਮਹਿਫਲਾਂ ਲੱਗਦੀਆਂ ਰਹਿਣ ਔਰ ਇਸੇ ਤਰ੍ਹਾਂ ਹੀ ਅੱਜ ਜਿਸ ਤਰ੍ਹਾਂ ਮੈਂ ਇਹਨਾਂ ਨੂੰ ਨੱਚਦੇ ਦੇਖਿਆ ਇਹਨੂੰ ਕਹਿੰਦੇ ਗੋਡੇ ਗੋਡੇ ਚਾਹ ਗੋਡੇ ਗੋਡੇ ਨਹੀਂ ਮੋਢੇ ਮੋਢੇ ਚਾਹ ਸੀ ਸੋ ਮੈਂ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਆਏ ਹੋਏ ਕਲਾਕਾਰਾਂ ਦਾ ਸਾਰਿਆਂ ਦਾ ਨਾਮ ਤੁਸੀਂ ਜਾਣਦੇ ਹੋ ਸਾਰਿਆਂ ਨੂੰ ਸੋ ਜਿਹੜੇ ਸਾਹਮਣੇ ਵੀ ਖੜੇ ਆ ਉਹਨਾਂ ਕਲਾਕਾਰਾਂ ਨੂੰ ਵੀ ਬਹੁਤ ਬਹੁਤ ਪਿਆਰ ਸਤਿਕਾਰ ਜਿੱਥੋਂ ਜਿੱਥੋਂ ਵੀ ਤਸ਼ਰੀਫ ਲੈ ਕੇ ਆਈ ਹੈ ਸੰਗਤ ਉਸ ਨੂੰ ਵੀ ਬਹੁਤ ਬਹੁਤ ਪਿਆਰ ਸਤਿਕਾਰ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਸੋ ਮਚ ਲਵ ਯੂ ਥੈਂਕ ਯੂ ਮਾਨ ਸਾਹਿਬ ਮੈਂ ਕਦੇ ਕਦੇ ਸੋਚਦਾ ਨਾ ਜੀ ਮਾਨ ਸਾਹਿਬ ਪੰਜਾਬ ਜੰਮਦੇ ਗੁਜਰਾਤ 'ਚ ਜੰਮਦੇ ਅਤੇ ਮਾਨ ਸਾਹਿਬ ਨੇ ਗਾਣੇ ਕਿੱਦਾਂ ਦੇ ਗਾਉਣੇ ਸੀਗੇ ਮੈਂ ਕਿਹਾ ਜੀ ਇੱਛੂ ਅੱਛਾ ਯਾਰ ਸਟਾਰਟ ਵਿਦ ਗੁਰੂ ਰੰਧਾਵਾ ਦੈਨ ਬਾਦਸ਼ਾਹ ਦੈਨ ਸਾਡਾ ਐਮੀ ਵਿਰਕ ਕਿਉਂਕਿ ਇਹਨਾਂ ਦਾ ਟਾਈਮ ਚੱਲ ਰਿਹਾ ਸਾਡਾ ਤਾਂ ਦੌਰ ਚੱਲਦਾ ਫਿਰ ਉੱਠਣਾ